ਗੱਲ ਕਰੀਏ ਬਾਜਵਾ ਸਾਹਿਬ ਤਾਂ ਪੰਜਾਬ ਦੇ ਅੰਮ੍ਰਿਤਸਰ ਦੇ ਵਿੱਚ ਇੱਕ ਹੁਸ਼ਿਆਰਪੁਰ ਦਾ ਵਾਸੀ ਜਿਹੜਾ ਜਦੋਂ ਅੰਮ੍ਰਿਤਸਰ ਜੀ ਆਇਆ ਤਾਂ ਉਹ ਇਟਲੀ ਤੋਂ ਵਾਪਸ ਪਰਤਿਆ ਸੀ। ਸਰਕਾਰੀ ਡਾਕਟਰਾਂ ਦੀ ਦੇਖ ਰੇਖ ਦੇ ਹੇਠ ਰੱਖਿਆ ਗਿਆ ਹੈ ਔਰ ਕੁੱਲ ਜਿਹੜੀ ਗਿਣਤੀ ਹੈ ਉਹ 84 ਹੈ। ਪਰ ਇਤਿਹਾਸ ਦੇ ਵਜੋਂ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੀ ਮੈਂ ਗੱਲ ਕਰਾਂ ਤਾਂ ਸਰਕਾਰ ਵੱਲੋਂ ਹਾਲ ਹੀ 'ਚ ਐਲਾਨ ਕੀਤਾ ਗਿਆ ਕਿ 31 ਮਾਰਚ ਤੱਕ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਜਿਨ੍ਹਾਂ 'ਚ ਇਮਤਿਹਾਨ ਨਹੀਂ ਚੱਲ ਰਹੇ ਜੀ ਉਹ ਬੰਦ ਕਰ ਦਿੱਤੇ ਗਏ ਨੇ। ਸਿਨੇਮਾ ਘਰ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਹਾਲ ਹੀ ਦੇ ਵਿੱਚ 2 ਮੂਵੀਜ਼ ਰਿਲੀਜ਼ ਹੋਈਆਂ ਸੀ ਤੇ ਲੋਕਾਂ ਦਾ ਵੱਡਾ ਕਰਾਊਡ ਜਿਹੜਾ ਉਹ ਸਿਨੇਮਾ ਘਰਾਂ ਦੇ ਵੱਲ ਨੂੰ ਸੀਗਾ। ਸਿਨੇਮਾ ਘਰ ਬੰਦ ਕਰ ਦਿੱਤੇ ਗਏ ਨੇ, ਸਵਿਮਿੰਗ ਪੂਲ ਬੰਦ ਕਰ ਦਿੱਤੇ ਗਏ ਆ, ਜਿਮ ਬੰਦ ਕਰ ਦਿੱਤੇ ਗਏ ਨੇ, ਕਲੱਬ ਬੰਦ ਕਰ ਦਿੱਤੇ ਗਏ ਨੇ ਤੇ ਅਹਾਤੇ ਵੀ ਬੰਦ ਕਰ ਦਿੱਤੇ ਗਏ ਨੇ। ਹਾਲਾਂਕਿ ਰੈਸਟੋਰੈਂਟ ਜਿਹੜੇ ਨੇ ਉਹ ਹਾਲ ਦੀ ਕਈ ਉਸੇ ਤਰ੍ਹਾਂ ਚੱਲਦੇ ਰਹਿਣਗੇ। ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਕੁਝ ਸਪੈਸ਼ਲ ਵਾਰਡ ਵੀ ਤਿਆਰ ਕੀਤੇ ਗਏ ਨੇ ਜੀ। ਔਰ ਜਿਹੜੇ ਸਰਕਾਰੀ ਸੰਸਥਾਨ ਨੇ ਜਿਸ ਤਰ੍ਹਾਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਹੈ, ਜਿਸ ਤਰ੍ਹਾਂ ਪੰਜਾਬ ਰਾਜ ਭਵਨ ਹੈ, ਗਵਰਨਰ ਹਾਊਸ ਹੈ, ਉੱਥੇ ਵੀ ਪੂਰੀ ਕਹਿ ਲਓ ਕਿ ਤੁਸੀਂ ਸੁਰੱਖਿਆ ਵਰਤੀ ਜਾ ਰਹੀ ਹੈ, ਚੌਕਸੀ ਵਰਤੀ ਜਾ ਰਹੀ ਹੈ। ਬਕਾਇਦਾ ਟੈਂਪਰੇਚਰ ਚੈੱਕ ਕਰਨ ਤੋਂ ਬਾਅਦ ਫਿਰ ਹੀ ਵਿਅਕਤੀ ਨੂੰ ਅੰਦਰ ਆਉਣ ਦਿੱਤਾ ਜਾ ਰਿਹਾ ਔਰ ਐਡਵਾਈਜ਼ਰੀ ਵੀ ਜਾਰੀ ਕੀਤੀ ਜਾ ਰਹੀ ਹੈ ਸਰਕਾਰੀ ਤੌਰ ਤੇ ਵੀ, ਔਰ ਲੋਕ ਆਪਣੇ ਪੱਧਰ ਤੇ ਵੀ ਜਿਹੜਾ ਉਹ ਕਾਫੀ ਚੌਕਸੀ ਵਰਤ ਰਹੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਵਾਰ ਪੰਜਾਬ ਦੇ ਲੋਕਾਂ ਨੇ ਇਹਨੂੰ ਸੀਰੀਅਸ ਲਿਆ। ਹਾਲਾਂਕਿ ਹਫ਼ਤਾ ਕੁ ਪਹਿਲਾਂ ਲੋਕਾਂ 'ਚ ਬਹੁਤੀ ਅਵੇਅਰਨੈਸ ਨਹੀਂ ਸੀ, ਲੋਕ ਪਰਵਾਹ ਨਹੀਂ ਕਰ ਰਹੇ ਸੀ, ਜਿਵੇਂ ਪੰਜਾਬੀਆਂ ਦੀ ਬਾਜਵਾ ਸਾਹਿਬ ਆਦਤ ਆ ਸਾਨੂੰ ਨਹੀਂ ਕਰੋਨਾ ਕਰੋਨਾ ਹੁੰਦਾ। ਪਰ ਜਦੋਂ ਜਸਟਿਨ ਟਰੂਡੋ ਦੀ ਵਾਈਫ ਨੂੰ ਕਰੋਨਾ ਹੋ ਗਿਆ, ਬ੍ਰਿਟੇਨ ਦੀ ਹੈਲਥ ਮਿਨਿਸਟਰ ਨੂੰ ਹੋ ਗਿਆ, ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਿਆ ਕਿ ਹਾਂ ਵੀ ਜੇ ਬਹੁਤ ਸੀਰੀਅਸ ਇਹਨੂੰ ਲੈਣਾ ਚਾਹੀਦਾ। ਇਸ ਕਰਕੇ ਕੁਝ ਕੁ ਜਿਹੜੇ ਪ੍ਰਾਈਵੇਟ ਅਦਾਰੇ ਨੇ ਉਹਨਾਂ ਨੇ ਵੀ ਮੁਲਾਜ਼ਮਾਂ ਨੂੰ ਘਰੋਂ ਬੈਠ ਕੇ ਕੰਮ ਕਰਨ ਦੇ ਲਈ ਕਹਿ ਦਿੱਤਾ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿਹੜੇ ਵਿਦੇਸ਼ੀ ਲੋਕ ਨੇ ਬਾਜਵਾ ਸਾਹਿਬ ਉਹਨਾਂ ਤੋਂ ਜ਼ਿਆਦਾ ਖਤਰਾ, ਜਿਹੜੇ ਇੱਥੇ ਰਹਿ ਰਹੇ ਲੋਕ ਨੇ ਉਹਨਾਂ ਤੇ ਘੱਟ। ਔਰ ਸਿਹਤ ਮਹਿਕਮਾ ਵੀ ਇਹ ਗੱਲ ਕਹਿੰਦਾ ਕਿ ਜਿਹੜੇ ਬਜ਼ੁਰਗ ਅਵਸਥਾ 'ਚ ਲੋਕ ਨੇ ਉਹਨਾਂ ਦਾ ਇਮਿਊਨਿਟੀ ਸਿਸਟਮ ਡਾਊਨ ਹੁੰਦਾ, ਉਹਦੇ ਕਰਕੇ ਉਹਨਾਂ ਨੂੰ ਜ਼ਿਆਦਾ ਖਤਰਾ ਹੈ, ਜਦਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਜ਼ਿਆਦਾ ਖਤਰਾ ਹੁੰਦਾ ਹੈ। ਔਰ ਵੈਸੇ ਇੱਕ ਇੱਕ ਮਾੜਾ ਪੱਖ ਕਹਿ ਲਓ ਕਿ ਪੰਜਾਬ ਦਾ ਜਿਹੜਾ ਉਹ ਸਾਹਮਣੇ ਆਇਆ ਕਿ ਕਰੋਨਾ ਦਾ ਇਲਾਜ ਹਲੇ ਕਿਤੇ ਬਣ ਨਹੀਂ ਪਾਇਆ ਵਿਸ਼ਵ ਦੇ ਵਿੱਚ, ਪਰ ਪੰਜਾਬ ਦੇ ਝੋਲਾ ਛਾਪ ਡਾਕਟਰਾਂ ਨੇ ਬਾਜਵਾ ਸਾਹਿਬ ਦਾ ਇਲਾਜ ਲੱਭ ਲਿਆ ਤੇ ਹੁਣ ਤੁਸੀਂ ਇੱਕ ਹੁਸ਼ਿਆਰਬਾਜ਼ੀ ਸ਼ੁਰੂ ਹੋ ਗਈ ਹੈ। ਪਰ ਪਿੱਛੇ ਜੇ 3 ਬੀਬੀਆਂ ਕਰੋਨਾ ਵਾਇਰਸ ਦਾ ਟੀਕਾ ਲਗਾਉਂਦੀਆਂ ਹੋਈਆਂ ਫੜੀਆਂ ਗਈਆਂ, ਜਿਹੜੀ ਕਿ ਹਜ਼ਾਰਾਂ ਰੁਪਏ ਲੋਕਾਂ ਤੋਂ ਠੱਗ ਰਹੀਆਂ ਸੀਗੀਆਂ, ਜਦਕਿ ਕਰੋਨਾ ਦਾ ਹਾਲੇ ਤੱਕ ਇਲਾਜ ਨਹੀਂ ਆਇਆ। ਜਿਹੜਾ ਠੱਗੀ ਠੋਲੀ ਆ, ਦੇਸੀ ਪ੍ਰਚਾਰ ਚੱਲ ਰਿਹਾ, ਉਹਦੇ ਤੇ ਵੀ ਹੁਣ ਕਹਿ ਲਓ ਕਿ ਜਿਹੜੇ ਮਾਹਿਰ ਡਾਕਟਰ ਨੇ ਜਾਂ ਸਰਕਾਰੀ ਪੱਧਰ ਤੇ ਐਡਵਾਈਜ਼ਰੀ ਜਾਰੀ ਕੀਤੀ ਜਾ ਰਹੀ ਹੈ ਕਿ ਅਜਿਹੋ ਜਿਹੇ ਗੰਢੇ ਖਾਣ ਨਾਲ ਜਾਂ ਧੁੱਪ ਸੇਕਣ ਦੇ ਨਾਲ ਇਹਨੇ ਨਹੀਂ ਜਾਣਾ। ਸੋ ਇਸ ਕਰਕੇ ਇਹਨਾਂ ਗੱਲਾਂ ਤੋਂ ਬਚੋ। ਪਰ ਰਾਮਦੇਵ ਨੇ ਆਪਣੀ ਦੁਕਾਨ ਖੋਲ ਲਈ ਹੈ ਔਰ ਨੈਸ਼ਨਲ ਚੈਨਲ ਤੇ ਉਹਦੇ ਵੱਲੋਂ ਆਪਣੀ ਤੁਲਸੀ ਤੇ ਕਈ ਕੁਛ ਹੁਣ ਵੇਚਣਾ ਸ਼ੁਰੂ ਕਰ ਦਿੱਤਾ ਬਾਜਵਾ ਸਾਹਿਬ ਜੀ। ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਹ ਲੁੱਟ ਖਸੁੱਟ ਸ਼ੁਰੂ ਹੋ ਗਈ ਹੈ ਕੋਰੋਨਾ ਵਾਇਰਸ ਦੇ ਇਲਾਜਾਂ ਦੇ ਨਾਮ ਦੇ ਉੱਤੇ, ਔਰ ਵਹਿਮ ਭਰਮ ਵੀ ਜਿਹੜੇ ਚਰਮ ਸੀਮਾ ਦੇ ਉੱਤੇ ਨੇ। ਮੈਂ ਹੁਣੇ ਹੀ ਦੇਖ ਰਿਹਾ ਸੀ ਕਿ ਕਿਸੇ ਕਿਸੇ ਜਗ੍ਹਾ ਤੋਂ ਖਬਰਾਂ ਆ ਰਹੀਆਂ ਕਿ ਹਿੰਦੂ ਸੰਗਠਨ ਦੇ ਕੁਛ ਲੋਕ ਜਿਹੜੇ ਆ ਗੌਮੂਤਰ ਦੇ ਵਿੱਚ ਦਾਵਾ ਕਰ ਰਹੇ ਕਿ ਇਹਦਾ ਇਲਾਜ ਹੈ, ਔਰ ਉਹ ਇਹ ਵੀ ਕਹਿ ਰਹੇ ਸੀ ਮੋਢੇ ਨੇ। ਸੋ ਬਿਲਕੁਲ ਇਹ ਗੱਲ ਬਹੁਤ ਮੰਦਭਾਗਾ ਪੱਖ ਹੈ ਪੰਜਾਬ ਦਾ, ਬਹੁਤ ਮੰਦਭਾਗਾ ਹੈ ਜੀ। ਉਹ ਇਸ 'ਚ ਇਸ ਕਰਕੇ ਪੂਰੇ ਭਾਰਤੀ ਮੂਲ ਹਾਸੇ ਪਦ ਸਿਚੁਏਸ਼ਨ 'ਚ ਆ ਜਾਂਦੇ ਨੇ। ਨਿਊਜ਼ੀਲੈਂਡ ਦੀ ਖਬਰ ਹੈ ਜੀ ਲੇਟੈਸਟ ਕਿ ਨਿਊਜ਼ੀਲੈਂਡ ਦੀਆਂ ਜਿਹੜੀਆਂ ਆਈਆਂ ਸੀਗੀਆਂ ਖੇਡ ਖਿਡਾਰੀ ਵੀ ਔਰ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਦੇ ਵੀ ਚ ਪਾਰਟਿਸਪੇਟ ਕਰਨਾ ਸੀ, ਉਹਨਾਂ ਨੇ ਉਦਘਾਟਨ ਕਰਨਾ ਸੀ, ਉਹ ਪੋਸਟਪੋਨ ਕਰ ਦਿੱਤਾ ਗਿਆ ਹੈ ਅਨਿਸ਼ਚਿਤ ਕਾਲ, ਕੋਈ ਡੇਟ ਨਹੀਂ ਹਲੇ ਦਿੱਤੀ ਗਈ ਸਪੋਕਸਪਰਸਨ ਨੇ ਸੁਪਰੀਮ ਸਿੱਖ ਸੁਸਾਇਟੀ ਦੇ।
ਉਹਨਾਂ ਨੇ ਕਿਹਾ ਕਿ ਇਹ ਆਪਾਂ ਜਿਹੜਾ ਇਹ ਪ੍ਰੋਗਰਾਮ ਹੈ ਇਹ ਇਵੈਂਟ ਪੋਸਟਪੋਨ ਕਰਦੇ ਹਾਂ, ਮੱਦੇਨਜ਼ਰ ਰੱਖਦੇ ਹੋ ਕਿ ਜਸਿੰਡਾ ਆਰਡਨ ਆਨਰੇਬਲ ਪ੍ਰਾਈਮ ਮਿਨਿਸਟਰ ਨਿਊਜ਼ੀਲੈਂਡ ਨੇ ਇਹ ਨੋਟਿਸ ਜਾਰੀ ਕੀਤਾ ਸੀ ਕਿ ਅੱਜ ਰਾਤ ਤੋਂ ਯਾਨੀ ਕਿ ਬੀਤੀ ਰਾਤ 12 ਵਜੇ ਤੋਂ ਕਿਸੇ ਵੀ ਮੁਲਕ ਤੋਂ ਨਿਊਜ਼ੀਲੈਂਡ ਆਉਣ ਵਾਲਾ ਕੋਈ ਵੀ ਇਨਸਾਨ, ਚਾਹੇ ਕੋਈ ਉਹ ਨਿਊਜ਼ੀਲੈਂਡ ਸਿਟੀਜ਼ਨ ਹੋਵੇ ਚਾਹੇ ਉਹ ਟੂਰਿਸਟ ਹੋਵੇ, ਉਹ ਨਿਊਜ਼ੀਲੈਂਡ ਐਂਟਰ ਕਰਦੇ ਹੀ ਆਪਣੇ ਆਪ ਨੂੰ 14 ਦਿਨ ਲਈ ਸੈਲਫ ਆਈਸੋਲੇਸ਼ਨ 'ਚ ਰੱਖਣਾ ਉਹਦੇ ਲਈ ਜ਼ਰੂਰੀ ਹੋਏਗਾ। ਜੇ ਉਹ ਇਸ ਗੱਲ ਤੋਂ ਫੇਲ ਕਰੇਗਾ ਤਾਂ ਨਿਊਜ਼ੀਲੈਂਡ ਗਵਰਨਮੈਂਟ ਜ਼ਬਰਦਸਤੀ ਉਹਨੂੰ ਸੈਲਫ ਆਈਸੋਲੇਸ਼ਨ ਵਿੱਚ ਮਜਬੂਰ ਹੋ ਜਾਏਗੀ ਕਿ ਮੈਡੀਕਲ ਫੈਸਿਲਿਟੀ 'ਚ ਰੱਖਣ ਲਈ। ਇਸ ਤੋਂ ਅੱਗੇ ਚੱਲਦੇ ਹਾਂ ਰਮਨਦੀਪ ਜੀ, ਜਿਹੜੀ ਸਰਕਾਰ ਹੈ ਪੰਜਾਬ ਦੀ ਉਹ ਕਾਫੀ ਸੰਜੀਦਾ ਨਜ਼ਰ ਆ ਰਹੀ ਹੈ ਜਿਹੜੇ ਤੁਸੀਂ ਦੱਸਿਆ ਸਟੈਪ ਚੱਕੇ ਨੇ, ਲੇਕਿਨ ਸਭ ਤੋਂ ਜ਼ਿਆਦਾ ਜ਼ਰੂਰੀ ਤਾਂ ਸੈਲਫ ਕੇਅਰ ਦੀ ਲੋੜ ਹੈ, ਜਿਹੜੀ ਕਿ ਜਿੱਦਾਂ ਕਿ ਨਿਊਜ਼ੀਲੈਂਡ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਕਿ ਸੈਲਫ ਆਈਸੋਲੇਸ਼ਨ। ਇਸ ਗੱਲ ਨੂੰ ਕਿੰਨਾ ਕੁ ਐਜੂਕੇਟ ਕੀਤਾ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਸੈਲਫ ਆਈਸੋਲੇਸ਼ਨ ਜਿਹੜੀ ਬਹੁਤ ਜ਼ਰੂਰੀ ਹੈ ਕਿ ਜੇ ਤੁਸੀਂ ਬਿਮਾਰ ਹੋ ਤਾਂ ਬਾਹਰ ਨਾ ਜਾਓ? ਦੇਖੋ, 4 IAS ਆਫੀਸਰ ਬਾਹਰ ਆਏ ਸੀ, ਉਹਨਾਂ ਨੇ ਤਾਂ ਸੈਲਫ ਆਈਸੋਲੇਸ਼ਨ ਦੀ ਗੱਲ ਤੇ ਗੌਰ ਕੀਤਾ ਜੀ, ਪਰ ਜਿਹੜੇ ਪੰਜਾਬ ਦੇ ਲੋਕ ਹੈਗੇ ਨੇ, ਦੇਖੋ ਇੱਕ ਤਾਂ ਤੁਸੀਂ ਗੱਲ ਮੰਨੀ ਕਿ ਬਾਜਵਾ ਸਾਹਿਬ ਜਦੋਂ ਗੁਰਬਤ ਹੋਵੇ ਨਾ ਜੀ, ਗਰੀਬੀ ਹੋਵੇ ਤੇ ਘਰੇ ਰੋਟੀ ਨਾ ਪੱਕਦੀ ਹੋਵੇ, ਉਦੋਂ ਪਰਹੇਜ ਭਰੂਜ ਨੀ ਹੁੰਦੇ ਬੰਦੇ ਜੀ, ਬਿਲਕੁਲ ਉਹਨੂੰ ਬੰਦੇ ਨੂੰ ਬਹੁਤ ਔਖਾ। ਇਹ ਪਰਹੇਜ ਵੀ ਸਾਰੇ ਹੁੰਦੇ ਆ ਜਦੋਂ 4 ਸਿਲੜ ਘਰੇ ਹੋਣ ਤੇ ਦਾਣੇ ਪਏ ਹੋਣ ਖਾਣ ਜੋਗੇ ਜੀ। ਹੁਣ ਜੇ ਤੁਸੀਂ ਆਖੋ ਵੀ ਗੋਲ ਗੱਪਿਆਂ ਦੀ ਰੇਹੜੀ ਲਾਉਣ ਵਾਲਾ ਬੰਦਾ ਘਰੇ ਬਹਿ ਜੀ ਤਾਂ ਨਹੀਂ ਬਹਿ ਸਕਦਾ ਜੀ, ਜੇ ਅਸੀਂ ਆ ਕੇ ਸਬਜ਼ੀ ਵੇਚਣ ਵਾਲਾ ਘਰੇ ਬਹਿ ਜੀ ਤਾਂ ਨਹੀਂ ਬਹਿ ਸਕਦਾ, ਭਾਵੇਂ ਬਿਮਾਰ ਹੈ, ਕਿਉਂਕਿ ਸ਼ਾਮ ਨੂੰ ਨਿਆਣਿਆਂ ਨੂੰ ਰੋਟੀ ਲਿਆ ਕੇ ਕਿੱਥੋਂ ਦੇਣੀ ਹੈ ਜੀ। ਤਾਂ ਬਿਲੋ ਦਾ ਪਾਵਰਟੀ ਲਾਈਨ ਜਿਹੜੇ ਗਰੀਬ ਲੋਕ ਨੇ ਉਹ ਤਾਂ ਇੱਦਾਂ ਦਾ ਕੋਈ ਪਰਹੇਜ਼ ਨਾ ਹੀ ਕਰਨ ਦੇ ਯੋਗ ਹੈਗੀ ਹੈ ਤੇ ਨਾ ਹੀ ਉਹ ਕਰ ਰਹੇ ਆ। ਸੜਕਾਂ ਤੇ ਅਜੇ ਵੀ ਖੂਬ ਹਲਚਲ ਪੰਜਾਬ ਦੀਆਂ ਤੇ ਦਿਖਾਈ ਦੇ ਰਹੀ ਹੈ। ਦੁਕਾਨਦਾਰ ਵੀ ਕਹਿੰਦੇ ਵੀ ਪਹਿਲਾਂ ਤਾਂ ਮੋਦੀ ਸਾਹਿਬ ਦੀਆਂ ਪਾਲਿਸੀਆਂ ਨੇ ਸਾਡਾ ਕਹਿੰਦੇ ਬੇੜਾ ਭਰ ਕੇ ਰੱਖਤਾ, ਤੇ ਹੁਣ ਕਰੋਨਾ ਨੇ, ਤੇ ਕਹਿੰਦੇ ਜੇ ਹੁਣ ਵੀ ਅਸੀਂ ਆਹ ਦੌਰ ਵੀ ਨਾ ਲਾਇਆ ਤਾਂ ਅਸੀਂ ਫਿਰ ਖਾਵਾਂਗੇ ਕਿੱਥੋਂ? ਇਸ ਕਰਕੇ ਆਵਾਜਾਈ ਤੇ ਤਾਂ ਪੂਰਾ ਹਜੇ ਕੰਟਰੋਲ ਨਜ਼ਰ ਨਹੀਂ ਆ ਰਿਹਾ, ਪਰ ਲੋਕ ਭੀੜ ਭੜੱਕੇ ਵਾਲੀ ਥਾਂ ਜਿਵੇਂ ਮੌਲ ਬੰਦ ਕਰ ਦਿੱਤੇ ਗਏ ਆ, ਉਹ ਆਟੋਮੈਟਿਕ ਉੱਥੇ ਜਾਣਾ ਹੁਣ ਬੰਦ ਹੋ ਗਿਆ। ਇੱਕ ਚੀਜ਼ ਜਿਹੜੀ ਸਾਡੇ ਸਾਨੂੰ ਗੁੜਤੀ ਚ ਮਿਲਦੀ ਆ ਉਹ ਇਹ ਹੈ ਕਿ ਸਾਨੂੰ ਬਦ ਪਰਹੇਜ਼ੀ ਮਿਲਦੀ ਆ। ਸਾਨੂੰ ਇਹ ਸਿਖਾਇਆ ਹੀ ਜਾਂਦਾ ਕਿ ਸੈਨੇਟਾਈਜ਼ ਕਰਕੇ ਰੱਖਣਾ, ਹੱਥਾਂ ਨੂੰ ਧੋਣਾ, ਔਰ ਪੇਂਡੂ ਤਬਕੇ ਚ ਜਿਹੜਾ ਗ੍ਰਾਮੀਣ ਲੋਕ ਨੇ ਉਹਨਾਂ ਚ ਜ਼ਿਆਦਾ ਇਹ ਚੀਜ਼ਾਂ ਹੈਗੀਆਂ ਨੇ, ਪਰ ਸ਼ਹਿਰੀ ਪੱਧਰ ਤੇ ਅਵੇਅਰਨੈਸ ਹੈਗੀ ਆ ਵੀ ਸੈਨੇਟਾਈਜ਼ ਕਿਵੇਂ ਵਰਤਣਾ। ਪਰ ਉਹਦੇ ਚ ਕਾਰਨ ਇਹ ਆ ਵੀ ਜਿਵੇਂ ਤੁਹਾਡੇ ਵੀ ਇੱਥੇ ਗ੍ਰੋਸਰੀ ਸਟੋਰਾਂ ਤੇ ਜਾਂ ਜਿਹੜੇ ਸੁਪਰ ਸਟੋਰ ਨੇ ਉੱਥੇ ਬੜਾ ਪੈਨਿਕ ਹੋਈ ਪਈ ਹੈ, ਸਪੈਸ਼ਲ ਲੋਕ ਟਾਇਲਟ ਪੇਪਰ ਹੀ ਲਈ ਜਾ ਰਹੇ ਆ। ਉਸੇ ਤਰ੍ਹਾਂ ਇੱਥੇ ਵੀ ਜਿਹੜਾ ਸਿੰਪਲ ਮਾਸਕ ਜਿਹੜਾ 10-15 ਦਾ ਮਿਲਦਾ ਸੀ ਉਹ ਹੁਣ 200, 300, 400 ਦਾ ਮਿਲ ਰਿਹਾ। ਸੈਨੇਟਾਈਜ਼ਰ ਵੀ ਜਿਹੜੇ ਕਹਿ ਲਓ ਕਿ ਜਿਹੜਾ ਆਮ 60-70 ਦਾ ਸੈਨੇਟਾਈਜ਼ਰ ਸੀਗਾ ਉਹ ਹੁਣ 200-300 ਦਾ ਮਿਲਦਾ। ਤੇ ਇਸ ਕਰਕੇ ਜਿਹੜਾ ਥੋੜਾ ਜਿਹਾ ਤਾਣਾ ਬਾਣਾ ਉਲਝਿਆ ਵੀ ਹੈਗਾ, ਪਰ ਸ਼ਹਿਰੀ ਲੋਕ ਕਾਫੀ ਅਵੇਅਰ ਹੈਗੇ ਨੇ। ਔਰ ਪਿੰਡਾਂ ਦੇ ਵਿੱਚ ਕਹਿ ਲਓ ਕਿ ਤੁਸੀਂ ਜਦੋਂ ਕੋਈ ਬਿਮਾਰ ਸਮਾਰ ਹੁੰਦਾ ਤੇ ਲੋਕਾਂ ਦੀ ਆਮ ਗੱਲ ਹੈ ਜ਼ੁਕਾਮ ਹੋ ਗਿਆ, ਵਾਇਰਲ ਹੋ ਗਿਆ, ਪਰ ਕਈ ਡਾਕਟਰ ਵੀ ਇਹ ਗੱਲ ਕਹਿੰਦੇ ਆ ਵਾਇਰਲ ਸਾਹਿਬ, ਉਹ ਕਹਿੰਦੇ ਜੇ ਕਿਸੇ ਨੂੰ ਜ਼ੁਕਾਮ ਹੋ ਗਿਆ, ਬੁਖਾਰ ਹੋ ਗਿਆ, ਇਹਦਾ ਮਤਲਬ ਇਹ ਨਹੀਂ ਕਰੋਨਾ ਹੋ ਗਿਆ ਜੀ, ਕਿਉਂਕਿ ਆਲਰੇਡੀ ਪੰਜਾਬ ਦੇ ਵਿੱਚ ਵਾਇਰਲ ਚੱਲ ਹੀ ਰਿਹਾ ਸੀ ਜੀ। ਖਤਰਾ ਉਸ ਵਿਅਕਤੀ ਤੋਂ ਆਇਆ ਜਿਹੜਾ ਕਿਸੇ ਵਿਦੇਸ਼ੀ ਨਾਗਰਿਕ ਦੇ ਸੰਪਰਕ 'ਚ ਆਇਆ, ਜਿਹੜਾ ਕਹਿ ਲਓ ਦਿੱਲੀ ਤੋਂ ਆਇਆ ਜਾਂ ਉੱਥੇ ਏਅਰਪੋਰਟ ਤੋਂ ਆਇਆ ਜਾਂ ਫਿਰ ਉਹ ਖੁਦ ਬੰਦਾ ਬਾਹਰੋਂ ਆਇਆ, ਤਾਂ ਉਹਨਾਂ ਲੋਕਾਂ ਤੋਂ ਬਚ ਕੇ ਕਹਿੰਦੇ ਥੋੜਾ ਜਿਹਾ ਪਰਹੇਜ਼ ਰੱਖਣ ਦੀ ਲੋੜ ਹੈ। ਬਾਕੀ ਠੀਕ ਹੈ, ਜਿਹੜਾ ਪੜ੍ਹਿਆ ਲਿਖਿਆ ਤਬਕਾ ਹੈ ਉਹਦੇ 'ਚ ਤਾਂ ਇਹ ਕਾਫੀ ਜਿਹੜਾ ਅਵੇਅਰਨੈਸ ਪਾਈ ਜਾ ਰਹੀ ਹੈ ਜੀ। ਜੀ, ਸਭ ਤੋਂ ਜ਼ਿਆਦਾ ਇਸ ਵਾਇਰਸ ਦੀ ਜਿਹੜੀ ਖਾਸ ਖਤਰਨਾਕ ਗੱਲ ਹੈ ਉਹ ਇਹ ਹੈ ਕਿ ਜੇ ਕਿਸੇ ਇਨਸਾਨ ਤੰਦਰੁਸਤ ਇਨਸਾਨ ਦੇ ਵਿੱਚ ਵਾਇਰਸ ਇਹ ਆਉਂਦਾ ਹੈ ਤਾਂ ਉਹਨੂੰ 3-4 ਦਿਨ ਤੱਕ ਹੋ ਸਕਦਾ ਕਿ ਬਿਲਕੁਲ ਪਤਾ ਨਾ ਲੱਗੇ, ਉਹ ਬਿਲਕੁਲ ਤੰਦਰੁਸਤ ਰਹੇ, ਔਰ ਉਹ ਵਾਇਰਸ ਜਿਹੜਾ ਹੈ ਉਸ 3-4 ਦਿਨਾਂ ਵਿੱਚ ਕਈਆਂ ਤੱਕ ਉਹ ਸਪਰੈਡ ਕਰ ਸਕਦਾ ਹੈ। ਇਸ ਕਰਕੇ ਹੀ ਇੰਪੋਰਟੈਂਟ ਹੈ ਕਿ ਜੇ
ਅਸੀਂ ਹੱਥ ਧੋਂਦੇ ਰਹੀਏ, ਆਪਣੇ ਮੂੰਹ ਤੇ ਹੱਥ ਨਾ ਲਗਾਈਏ, ਆਪਣੇ ਵਾਰ ਵਾਰ ਜੇ ਸਾਨੂੰ ਆਦਤ ਹੈ ਕਦੀ ਆਪਾਂ ਫੇਸ ਨੂੰ ਸਾਫ਼ ਕਰਨ ਲਈ ਜਾਂ ਕੁਛ ਵੀ, ਤੇ ਇਹਨਾਂ ਗੱਲਾਂ ਨਾਲ ਇਹਨੂੰ ਰੋਕਿਆ ਜਾ ਸਕਦਾ ਕਾਫੀ ਹੱਦ ਤੱਕ, ਜੇ ਆਪਾਂ ਅਸੀਂ ਆਪਣੀਆਂ ਆਦਤਾਂ ਜਿਹੜੀਆਂ ਥੋੜੀ ਜਿਹੀਆਂ ਉਹ 'ਚ ਅਵੇਅਰਨੈਸ ਦੇ ਨਾਲ ਉਤੇ ਅਮਲ ਕਰੀਏ। ਰਮਨਦੀਪ ਜੀ, ਬਿਲਕੁਲ ਇੱਕ ਬਿਲਕੁਲ ਹੋਰ ਬੜੀ ਵੱਡੀ ਖਬਰ ਆਈ ਹੈ ਜਿਹੜੀ ਕਿ ਦਾਵਾ ਚੀਨ ਦੇ ਇੱਕ ਵਿਦੇਸ਼ ਮੰਤਰੀ ਨੇ ਕੀਤਾ ਹੈ ਕਿ ਇਹਦਾ ਜਿਹੜਾ ਓਰਿਜਨ ਹੈ, ਉਹ ਪਹਿਲਾਂ ਖਦਸ਼ੇ ਸੀਗੇ ਕਿ ਇਹ ਚੀਨ ਤੋਂ ਸ਼ੁਰੂ ਹੋਇਆ ਹੈ, ਲੇਕਿਨ ਉਹਨੇ ਪੁਖਤਾ ਸਬੂਤ ਨਾਲ ਦੇ ਕੇ ਇਹ ਦਾਅਵਾ ਕੀਤਾ ਹੈ ਕਿ ਇਹ ਜਿਹੜਾ ਵਾਇਰਸ ਹੈ ਇਹ ਅਮਰੀਕਾ ਤੋਂ ਓਰਿਜਿਨੇਟ ਹੋਇਆ ਕੀਤਾ ਗਿਆ ਹੈ, ਔਰ ਸ਼ੱਕ ਇਹ ਵੀ ਹੈ ਕਿ ਹੋ ਸਕਦਾ ਹੈ ਕਿ ਅਮਰੀਕਨ ਫੌਜਾਂ ਨੇ ਇਹ ਕਿਸੇ ਮਿਸ਼ਨ ਦੇ ਤਹਿਤ ਇਹ ਚਾਈਨਾ ਵਿੱਚ ਜਿਹੜਾ ਵਾਇਰਸ ਹੈ ਉਹ ਬਾਅਦ ਵਿੱਚ ਪਲਾਂਟ ਕੀਤਾ, ਤੇ ਇਹਦੇ ਬਾਰੇ ਕੀ ਤੁਹਾਡੀ ਜਾਣਕਾਰੀ ਹੈ, ਇਹਦੇ ਬਾਰੇ ਕਿੰਨੀ ਕੁ ਕਿਆਸ ਲੱਗ ਰਹੇ ਨੇ? ਦੇਖੋ, ਜੇਕਰ ਇਹ ਸੱਚ ਹੈ ਤਾਂ ਬੜੀ ਅਹਿਮ ਜਾਣਕਾਰੀ ਹੈ, ਪਰ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਵਿੱਚ ਅਜਿਹੀ ਖਦਸ਼ੇ ਤਾਂ ਨਹੀਂ ਜਿਤਾਏ ਜਾ ਰਹੇ, ਪਰ ਇਹਨਾਂ ਜ਼ਰੂਰ ਮੰਨਿਆ ਜਾ ਰਿਹਾ ਕਿ ਸੁਭਾਵਿਕ ਤੌਰ ਤੇ ਦੇਸ਼ਾਂ ਦੀਆਂ ਵੱਖੋ ਵੱਖਰੀਆਂ ਪਾਲਿਸੀਜ਼ ਹੁੰਦੀਆਂ ਨੇ, ਕਿ ਇਹ ਗੱਲ ਜ਼ਰੂਰ ਹੋ ਰਹੀ ਹੈ ਕਿ ਇਹ ਵਾਇਰਸ ਜਨਰੇਟ ਕੀਤਾ ਗਿਆ ਸੀ ਔਰ ਜੀ ਉੱਥੋਂ ਰੇਡੀਏਸ਼ਨ ਦੇ ਰਾਹੀਂ ਇਹ ਵਾਇਰਸ ਫੈਲ ਗਿਆ। ਹਾਲਾਂਕਿ ਚੀਨ ਨੇ ਇਹਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ, ਜੀ ਇੱਕ ਵੀਡੀਓ ਇਹ ਵੀ ਵਾਇਰਲ ਹੋਈ ਹੈ ਕਿ ਇੱਕ ਵਿਅਕਤੀ ਟ੍ਰੇਨ ਦੇ ਅੰਦਰ ਆਪਣੇ ਮੂੰਹ 'ਚ ਉਂਗਲ ਪਾ ਕੇ ਤੇ ਉਹਨੂੰ ਪੋਲ ਦੇ ਨਾਲ ਲਗਾ ਰਿਹਾ, ਵਾਇਰਸ ਫੈਲਾਇਆ ਵੀ ਜਾ ਰਿਹਾ। ਜੀ ਤਾਂ ਦੇਖੋ, ਦੇਸ਼ ਪੱਧਰ ਤੇ ਜਿਹੜੀ 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 ਡਿਫੈਂਸ ਦੀ ਪਾਲਿਸੀ ਹੁੰਦੀ ਆ, ਉਹਦੇ ਚ ਤਾਂ ਕਿਤੇ ਨਾ ਕਿਤੇ ਅਜਿਹੀਆਂ ਚੀਜ਼ਾਂ ਸੁਭਾਵਿਕ ਤੌਰ ਤੇ ਕੀਤੀਆਂ ਵੀ ਜਾ ਸਕਦੀਆਂ, ਦੂਸਰੇ ਮੁਲਕ ਨੂੰ ਕਿਸ ਤਰੀਕੇ ਦੇ ਨਾਲ ਖਤਮ ਕਰਨਾ, ਪਰ ਉੱਥੇ ਹੁੰਦਾ ਜਿੱਥੇ ਕਿ ਬਹੁਤ ਵੱਡੀ ਵਾਰ ਹੋਵੇ, ਜਦੋਂ ਹਾਲਾਤ ਠੀਕ ਚੱਲ ਰਹੇ ਹੋਣ ਤਾਂ ਉਦੋਂ ਮੈਨੂੰ ਲੱਗਦਾ ਐਡਾ ਵੱਡਾ ਰਿਸਕ ਮੁਲਕ ਕਦੇ ਲੈ ਨਹੀਂ ਸਕਦੇ। ਔਰ ਖਾਸ ਤੌਰ ਤੇ ਇੱਕ ਹੋਰ ਖਬਰ ਜਿਹੜੀ ਮੈਂ ਨਾਲ ਬਾਜਵਾ ਸਾਹਿਬ ਐਡ ਆਨ ਕਰਨੀ ਚਾਹੂੰਗਾ, ਜਿਵੇਂ ਕਰਤਾਰਪੁਰ ਸਾਹਿਬ ਦਾ ਲਾਂਘਾ, ਤਾਂ ਬਹੁਤ ਸਾਰੇ ਜੀ ਪ੍ਰਵਾਸੀ ਪੰਜਾਬੀਆਂ ਦੀਆਂ ਲਗਾਤਾਰ ਕੁਐਰੀਜ਼ ਆ ਰਹੀਆਂ ਨੇ ਕਿ ਲਾਂਘਾ ਖੁੱਲਿਆ ਜਾਂ ਬੰਦ ਹੋ ਗਿਆ, ਤਾਂ ਮੈਂ ਦੱਸਣਾ ਚਾਹੂੰਗਾ ਕਿ ਲਾਂਘਾ ਖੁੱਲਿਆ ਹੋਇਆ, ਲਗਾਤਾਰ ਉੱਥੇ ਸ਼ਰਧਾਲੂ ਜਾ ਵੀ ਰਹੇ ਨੇ ਔਰ ਸੁਰੱਖਿਆ ਦੇ ਮੱਦੇਨਜ਼ਰ ਜਾਣ ਲੱਗਿਆ ਵੀ ਉਹਨਾਂ ਦਾ ਟੈਂਪਰੇਚਰ ਚੈੱਕ ਹੋ ਰਿਹਾ, ਆਉਣ ਲੱਗਿਆ ਵੀ ਹੋ ਰਿਹਾ, ਬਕਾਇਦਾ ਜਿਹੜੀ ਡਾਕੂਮੈਂਟੇਸ਼ਨ ਵੀ ਹੁੰਦੀ ਆ, ਪਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਉਹਨਾਂ ਦਾ ਕੋਈ ਚੈੱਕਅਪ ਨਹੀਂ ਹੋ ਰਿਹਾ। ਪਰ ਪਾਕਿਸਤਾਨ ਨੇ ਜ਼ਰੂਰ ਕੀਤਾ ਕਿ ਜਿਹੜੇ ਉਧਰਲੀ ਸੰਗਤ ਆ ਉਹਦੀ ਹੁਣ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਵਿੱਚ ਐਂਟਰੀ ਬੰਦ ਕਰ ਦਿੱਤੀ ਆ, ਹੁਣ ਇਕੱਲੇ ਭਾਰਤੀ ਜਿਹੜੇ ਨੇ ਉਹ ਉੱਥੇ ਜਾ ਕੇ ਤੇ ਨਤਮਸਤਕ ਹੋ ਸਕਦੇ ਨੇ। ਜੀ, ਪੰਜਾਬ ਵੱਲ ਗੇੜਾ ਕੱਢਦੇ ਨੇ ਕਿ ਸਿਆਸਤ ਜਿਹੜੀ ਆ ਕਾਫੀ ਗਰਮ ਸੀ, ਕੋਰੋਨਾ ਵਾਇਰਸ ਕਾਫੀ ਚਰਚਿਤ ਹੈ, ਸਾਡਾ ਬੰਦਾ ਸੀ, ਫਰਜ਼ ਵੀ ਬੰਦਾ ਹੈ ਕਿ ਕੋਰੋਨਾ ਵਾਇਰਸ ਦੇ ਅਪਡੇਟ ਆਪਾਂ ਦਰਸ਼ਕਾਂ ਨੂੰ ਦਈਏ, ਲੇਕਿਨ ਕਾਫੀ ਹਲਚਲ ਜਿਹੜੀ ਹੈ, ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫੇਰ ਕੈਮਰੇ ਅੱਗੇ ਆ ਕੇ ਇਹ ਕਿਹਾ ਹੈ ਕਿ ਉਹ ਦੁਬਾਰਾ ਸਰਗਰਮ ਹੋਣ ਜਾ ਰਹੇ ਨੇ, ਲੇਕਿਨ ਉਹਨਾਂ ਦਾ ਜਿਹੜਾ ਤਰੀਕਾ ਹੈ ਸਰਗਰਮ ਹੋਣ ਦਾ ਉਹ ਕੈਮਰੇ ਦੇ ਅੱਗੇ ਹੋਏਗਾ, ਯੂਟਿਊਬ ਚੈਨਲ ਦੇ ਅੱਗੇ ਹੋਏਗਾ, ਜਿਹੜਾ ਉਹਨਾਂ ਨੇ ਆਪਣਾ ਚੈਨਲ ਸ਼ੁਰੂ ਕੀਤਾ ਹੈ ਯੂਟਿਊਬ ਦੇ ਉੱਤੇ। ਇਹਦੇ ਬਾਰੇ ਤੁਸੀਂ ਕੀ ਜਾਣਕਾਰੀ ਰੱਖਦੇ ਹੋ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਉਹਨਾਂ ਦਾ ਕਦਮ ਹੈ ਕਿੰਨਾ ਕੁ ਲੋਕ ਪੰਜਾਬ ਦੇ ਉਹਦੀ ਸਰਾਹਨਾ ਕਰਨਗੇ, ਜਾਂ ਕਿ ਇਹ ਇੱਕ ਵੱਖਰੀ ਕਿਸਮ ਦੀ ਸਿਆਸਤ ਸ਼ੁਰੂ ਕੀਤੀ ਹੈ ਨਵਜੋਤ ਸਿੱਧੂ ਨੇ, ਤੁਹਾਡੀ ਕੀ ਟਿੱਪਣੀ ਹੋਵੇਗੀ ਇੱਥੇ? ਦੇਖੋ, ਨਵਜੋਤ ਸਿੰਘ ਸਿੱਧੂ ਪਿਛਲੇ 9 ਮਹੀਨਿਆਂ ਤੋਂ ਕਰੀਬ ਕਹਿ ਲਓ ਕਿ ਤੁਸੀਂ ਚੁੱਪੀ ਧਾਰ ਕੇ ਬੈਠੇ ਹੋਏ ਆ। ਜੀ, ਜਦੋਂ ਨਵਾਂ ਸਾਲ ਆਇਆ ਸੀ ਤਾਂ ਉਦੋਂ ਥੋੜਾ ਜਿਹਾ ਇੱਕ ਅੱਧੀ ਬਾਈਟ ਜਾ ਕੇ ਦਿੱਤੀ ਸੀ, ਵਧਾਈਆਂ ਦਿੱਤੀਆਂ, ਪਰ 9 ਮਹੀਨਿਆਂ ਤੋਂ ਬਿਲਕੁਲ ਉਹ ਸ਼ਾਂਤਮਈ ਅਵਸਥਾ 'ਚ ਸੀ ਰਿਜ਼ਾਈਨ ਕਰਨ ਤੋਂ ਬਾਅਦ। ਜੀ, ਫਿਰ 2 ਵਾਰ ਮੁਲਾਕਾਤਾਂ ਹੁੰਦੀਆਂ ਨੇ ਪ੍ਰਿਅੰਕਾ ਗਾਂਧੀ, ਸੋਨੀਆ ਗਾਂਧੀ ਦੇ ਨਾਲ, ਉਹ ਲੋਕਾਂ ਨੂੰ ਦੱਸਦੇ ਵੀ ਆ, ਤੇ ਹੁਣ ਵੀ ਬੀਤੇ ਦਿਨ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਇੱਥੇ ਅੰਮ੍ਰਿਤਸਰ ਦੇ ਵਿੱਚ ਹੌਲੀ ਸਿਟੀ 'ਚ ਜਿਹੜੀ ਕੋਠੀ ਹੈ, ਤਾਂ ਜੀ ਉੱਥੋਂ ਉਹਨਾਂ ਨੇ ਆਪਣੀ ਕੋਠੀ ਦੇ ਬਗੀਚੇ 'ਚੋਂ ਇੱਕ ਵੀਡੀਓ ਬਣਾਈ ਆਪਣੇ ਅੰਦਾਜ਼ ਦੇ ਵਿੱਚ, ਔਰ ਉੱਥੇ ਕਿਹਾ ਕਿ ਕਹਿੰਦੇ ਕਿ ਮੈਂ ਨਵਾਂ ਚੈਨਲ ਲਾਂਚ ਕਰ ਰਿਹਾ, ਜਿੱਤੇਗਾ ਪੰਜਾਬ। ਜੀ, ਵੀਡੀਓ ਦਾ ਨਾਮ ਹੈ ਆਸ ਤੇ ਵਿਸ਼ਵਾਸ, ਉਹਦੇ 'ਚੋਂ ਕਹਿੰਦੇ ਕਿ ਮੈਂ ਇੱਥੋਂ ਹੁਣ ਆਪਣੀ ਗੱਲ ਰੱਖਾਂਗਾ ਤਾਂ ਕਿ ਮੇਰੀ ਗੱਲ ਨੂੰ ਤੋੜ ਮਰੋੜ ਕੇ ਪੇਸ਼ ਨਾ ਕੀਤਾ ਜਾ ਸਕੇ। ਔਰ ਇਸ ਦੇ ਇਲਾਵਾ ਉਹਨਾਂ ਨੇ ਇਹ ਗੱਲ ਵੀ ਕਹੀ ਹੈ, ਕਹਿੰਦੇ ਕਿ
ਕੁਝ ਚਾਰ ਪੰਜ ਬੰਦਿਆਂ ਦੇ ਹੱਥ ਪਾਵਰ ਨਹੀਂ ਰਹਿਣੀ ਚਾਹੀਦੀ। ਉਹ ਸੁਭਾਵਿਕ ਤੌਰ ਤੇ ਇਸ਼ਾਰਾ ਕਿਹਦੇ ਵੱਲ ਕਰ ਰਹੇ ਆ, ਉਹ ਆਪਣੇ ਸੀਐਮ ਸਾਹਿਬ ਦੇ ਵੱਲ ਤੇ ਉਹਨਾਂ ਦੇ ਚਹੇਤੇ ਮੰਤਰੀਆਂ ਦੇ ਵੱਲ ਕਰ ਰਹੇ ਆ। ਪੰਜਾਬ ਦੀ ਗੱਲ ਕੀਤੀ ਹੈ, ਪੰਜਾਬ ਨੂੰ ਬਚਾਉਣਾ, ਮਸਲਿਆਂ ਨੂੰ ਬਚਾਉਣਾ ਸਾਰਿਆਂ ਨੂੰ, ਪਰ ਇੰਪੋਰਟੈਂਟ ਗੱਲ ਇਹ ਹੈ ਕਿ ਇਹਦੋਂ ਇਹ ਸਾਬਤ ਹੁੰਦਾ ਕਿ ਨਵਜੋਤ ਸਿੰਘ ਸਿੱਧੂ ਹੁਣ ਆਪਣਾ ਪੱਖ ਜਿਹੜਾ ਉਹ ਮੀਡੀਆ ਚ ਆ ਕੇ ਨਹੀਂ ਰੱਖਣਗੇ, ਸ਼ਾਇਦ ਉਹਨਾਂ ਨੂੰ ਮੀਡੀਆ ਦੇ ਸਵਾਲਾਂ ਦਾ ਵੀ ਡਰ ਹੈ। ਦੂਸਰਾ, ਨਵਜੋਤ ਸਿੰਘ ਸਿੱਧੂ ਦੀ ਇਹ ਸਟ੍ਰੈਟਜੀ ਕਿ ਮੈਂ ਆਪਣਾ ਚੈਨਲ ਐਸਟੈਬਲਿਸ਼ ਕਰਾਂ, ਕੱਲ ਨੂੰ ਇਹ ਵੀ ਕਿਆ ਆਸਰਾ ਹੀ ਲੱਗ ਰਹੀ ਹੈ ਬਾਜਵਾ ਸਾਹਿਬ ਕਿ ਕੀ ਆਪਣੇ ਯੂਟਿਊਬ ਚੈਨਲ ਦੇ ਵਾਂਗ, ਆਪਣੇ ਵੱਖਰੇ ਯੂਟਿਊਬ ਚੈਨਲ ਦੇ ਵਾਂਗ ਨਵਜੋਤ ਸਿੰਘ ਸਿੱਧੂ ਹੁਣ ਵੱਖਰੀ ਪਾਰਟੀ ਵੀ ਬਣਾਉਣਗੇ। ਇਹ ਕਿਆ ਆਸਰਾਈਆਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ, ਕਿਉਂਕਿ ਵੱਖਰਾ ਪਲੇਟਫਾਰਮ ਕ੍ਰੀਏਟ ਕਰਨਾ ਔਰ ਸਾਂਝੇ ਮੀਡੀਆ ਚ ਨਹੀਂ, ਕਿਉਂਕਿ ਸਿੱਧੂ ਨੂੰ ਤਾਂ ਪਤਾ ਕਿ ਮੈਨੂੰ ਤਾਂ ਮੀਡੀਆ ਇੰਟਰਟੇਨ ਹੀ ਬਹੁਤ ਕਰਦਾ, ਪਰ ਇਹਦੇ ਬਾਵਜੂਦ ਸਿੱਧੂ ਦੇ ਵੱਲੋਂ ਆਪਣਾ ਵੱਖਰਾ ਚੈਨਲ ਬਣਾਉਣਾ, ਦੈਟ ਮੀਨਸ ਅਲੋਟ। ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਸਿੱਧੂ ਨੂੰ ਹਾਈਕਮਾਨ ਨੇ ਓਨੀ ਤੂਲ ਨਹੀਂ ਦਿੱਤੀ, ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਹੁਣ ਵੱਖਰੇ ਤੌਰ ਤੇ ਆ ਕੇ ਤੇ ਆਪਣੀ ਗੱਲਬਾਤ ਰੱਖਣ ਦਾ ਪਲੇਟਫਾਰਮ ਤਿਆਰ ਕਰਨਾ ਪਿਆ। ਪਰ ਮੈਂ ਦੱਸ ਦੇਣਾ ਚਾਹੁੰਦਾ ਕਿ ਬਕਾਇਦਾ ਬੰਬੇ ਤੋਂ ਇੱਕ ਟੀਮ ਜਿਹੜੀ ਹੈ ਉਹ ਮੋਨੀਟਰ ਕਰ ਰਹੀ ਹੈ, ਜਿਵੇਂ ਕਿ ਮੈਂ ਆਪਣਾ ਕੇਸ ਸਟੱਡੀ ਦੱਸਦਾ, ਅਸੀਂ ਜਿਵੇਂ ਵੀਡੀਓ ਚਲਾਈ ਨਵਜੋਤ ਸਿੰਘ ਸਿੱਧੂ ਦੀ, ਤਾਂ ਬੰਬੇ ਤੋਂ ਕਾਲ ਆਉਂਦੀ ਹੈ ਕਿ ਤੁਸੀਂ ਜਿੱਤੇਗਾ ਪੰਜਾਬ, ਸਾਡਾ ਲੋਗੋ ਨਹੀਂ ਯੂਜ਼ ਕੀਤਾ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕਰਸ ਦਿੱਤਾ ਜਾਵੇ। ਕਹਿਣ ਦਾ ਮਤਲਬ ਮਾਰਕੀਟਿੰਗ ਸਟ੍ਰੈਟਜੀ ਵੀ ਪੂਰੀ ਪੂਰੀ ਟੀਮ ਦੇ ਨਾਲ ਆਏ ਨੇ, ਔਰ ਇਹ ਤਿਆਰੀ ਮੈਨੂੰ ਆਮ ਆਦਮੀ ਪਾਰਟੀ ਦੇ ਵਰਗੀ ਲੱਗਦੀ ਹੈ। ਆਮ ਆਦਮੀ ਪਾਰਟੀ ਵੀ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਆਈ ਸੀ, ਔਰ ਸਿੱਧੂ ਨੂੰ ਵੈਸੇ ਵੀ ਸੋਸ਼ਲ ਮੀਡੀਆ ਦਾ ਕਹਿ ਲਓ ਕਿ ਕਾਫੀ ਕਰਿਓਸਿਟੀ ਹੈ, ਮੀਡੀਆ ਦੀ ਕਰਿਓਸਿਟੀ ਹੈਗੀ ਹੈ, ਇੰਨੇ ਦਿਨਾਂ ਦੀ ਚੁੱਪੀ ਵੱਟਣੀ ਨਵਜੋਤ ਸਿੰਘ ਸਿੱਧੂ ਵਰਗੇ ਬੰਦੇ ਦੇ ਤਾਂ ਵੈਸੀ ਢਿੱਡ ਚ ਪੀੜ ਹੋਣ ਲੱਗ ਪਵੇ, ਤਾਂ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਆਪਣਾ ਵੱਖਰਾ ਚੈਨਲ ਬਣਾਇਆ। ਉਹਦੇ ਤੋਂ ਮੋਟੇ ਤੌਰ ਤੇ ਇਹੀ ਕਿਆਸ ਰਹੀਆਂ ਲੱਗ ਰਹੀਆਂ ਕਿ ਸਿੱਧੂ ਆਉਣ ਵਾਲੇ ਦਿਨਾਂ ਚ ਕੁਝ ਨਾ ਕੁਝ ਨਵਾਂ ਪਟਾਕਾ ਜ਼ਰੂਰ ਪਾਉਣਗੇ। ਇਹਦੇ ਨਾਲ ਹੀ ਜੁੜਿਆ ਮੇਰੇ ਦਿਮਾਗ 'ਚ ਇੱਕ ਸਵਾਲ ਆ ਰਿਹਾ ਹੈ, ਦੋ ਸਵਾਲ ਆ ਰਹੇ ਨੇ ਤੁਹਾਡੇ ਕੋਲੋਂ, ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ, ਤੁਹਾਡਾ ਕੀ ਐਕਸਪੀਰੀਅੰਸ ਹੈ। ਨਵਜੋਤ ਸਿੰਘ ਸਿੱਧੂ ਆਪਣੀ ਇਸ ਵੀਡੀਓ ਦੀ ਜਿਹੜੀ ਜਾਣਕਾਰੀ ਦਿੰਦੇ ਨੇ ਉਹ ਇੱਕ ਐਸੇ ਨਾਜ਼ੁਕ ਸਮੇਂ 'ਚ ਦਿੰਦੇ ਨੇ ਜਦੋਂ ਕਿ ਪੂਰਾ ਦੇਸ਼ ਨਹੀਂ ਪੂਰਾ ਵਿਸ਼ਵ ਜਿਹੜਾ ਹੈ ਕੋਰੋਨਾ ਵਾਇਰਸ ਤੇ ਉਹ ਗ੍ਰਸਤ ਹੈ ਔਰ ਬਹੁਤ ਗੰਭੀਰ ਸਿਚੁਏਸ਼ਨ ਹੈ, ਉਹ ਉਹਦੇ ਤੇ 1% ਵੀ ਕੋਈ ਗੱਲ ਨਹੀਂ ਕਰਦੇ, ਨੰਬਰ 1। ਨੰਬਰ 2, ਮੀਡੀਆ ਲਵਸ ਸਿੱਧੂ, ਸਿੱਧੂ ਲਵਸ ਮੀਡੀਆ, ਉਹ ਇਸ ਗੱਲ ਨੂੰ ਕੈਸ਼ ਕਰਨਾ ਚਾਹੁੰਦੇ ਨੇ ਆਪਣਾ ਮੀਡੀਆ ਚੈਨਲ ਨੂੰ ਗਰੋ ਕਰਕੇ, ਔਰ ਇੱਕ ਟੈਸਟਿੰਗ ਕਰਨਾ ਚਾਹੁੰਦੇ ਨੇ ਕਿ ਤੇਲ ਦੇਖੋ ਤੇਲ ਦੀ ਧਾਰ ਦੇਖੋ ਕਿ ਇਹ ਟੈਸਟਿੰਗ ਜਿਹੜੀ ਆ ਪਾਰਟੀ ਵੱਲ ਜਾਏਗੀ ਕਿ ਨਹੀਂ ਜਾਏਗੀ। ਸਭ ਤੋਂ ਪਹਿਲਾਂ ਮੈਂ ਇਸ ਗੱਲ ਦਾ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਤੁਸੀਂ ਇਸ ਤਰੀਕੇ ਇਸ ਗੱਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਸਿੱਧੂ ਨੂੰ ਕੋਈ ਦਰਦ ਨਹੀਂ ਹੈ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਜਾਂ ਇੰਡੀਆ ਦੇ, ਜਾਂ ਪੂਰੇ ਵਿਸ਼ਵ ਦੇ ਲੋਕਾਂ ਦਾ ਜਿਹੜੇ ਕੋਰੋਨਾ ਵਾਇਰਸ ਤੇ ਗ੍ਰਸਤ ਹੋ ਰਹੇ ਨੇ ਉਹਦੇ ਵੱਲ ਕੋਈ ਇਸ਼ਾਰਾ ਨਹੀਂ, ਕੋਈ ਗੱਲ ਨਹੀਂ ਉੱਤੇ, ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ, ਤੁਸੀਂ ਬਾਜਵਾ ਸਾਹਿਬ ਆਬਜ਼ਰਵੇਸ਼ਨ ਕੀਤੀ ਹੈ ਕਿ ਜੇ ਇਸ ਦੌਰ ਦੇ ਵਿੱਚ ਤੁਸੀਂ ਵੇਖੋ ਕਿ ਐਡਾ ਵੱਡਾ ਹਾਹਾਕਾਰ ਮਚੀ ਹੋਈ ਹੈ ਤੇ ਸਿੱਧੂ ਇੱਥੇ ਇੱਕ ਸ਼ਬਦ ਵੀ ਨਹੀਂ ਬੋਲਦੇ। ਬੀਤੇ ਦਿਨ ਵੀ ਬੜਾ ਕੁਛ ਹੋਇਆ ਪੰਜਾਬ 'ਚ, ਉਹਨਾਂ 'ਤੇ ਵੀ ਸਿੱਧੂ ਇੱਕ ਸ਼ਬਦ ਨਹੀਂ ਬੋਲੇ। ਜੇਕਰ ਤੁਸੀਂ ਲੋਕਾਂ ਦੇ ਲੀਡਰ ਬਣਨਾ ਹੈ, ਇੱਕ ਪਾਸੇ ਤੁਸੀਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਹੋ, ਪਰ ਪੰਜਾਬ ਦੇ ਜਿਹੜੇ ਅਗੇਂਸਟ ਮਸਲੇ ਜਾ ਰਹੇ ਆ ਉਹਨਾਂ 'ਤੇ ਤੁਸੀਂ ਇੱਕ ਸ਼ਬਦ ਵੀ ਨਹੀਂ ਬੋਲਦੇ। ਮਤਲਬ ਤੁਸੀਂ ਜੇਕਰ ਹਮੇਸ਼ਾ ਆਪਣੀ ਹੀ ਗੱਲ ਕਰੋਗੇ ਤਾਂ ਫਿਰ ਸੁਭਾਵਿਕ ਤੌਰ 'ਤੇ ਲੋਕ ਵੀ ਇਸ ਗੱਲ ਦਾ ਮਲਾਲ ਜ਼ਾਹਿਰ ਕਰਨਗੇ। ਔਰ ਅਗਲੀ ਗੱਲ ਜਿਹੜੀ ਤੁਸੀਂ ਸਭ ਤੋਂ ਸ਼ਾਨਦਾਰ ਕਹੀ ਹੈ, ਕੀ ਸਿੱਧੂ ਵਾਟਰ ਟੈਸਟ ਕਰਨਾ ਚਾਹੁੰਦੇ ਆ ਕਿ ਮੇਰੇ ਚੈਨਲ ਤੇ ਕਿੰਨਾ ਵਿਊ ਆਉਂਦਾ ਹੈ, ਕਿੰਨੇ ਸਬਸਕ੍ਰਾਈਬਰ ਆਉਂਦੇ ਆ, ਲੋਕ ਮੈਨੂੰ ਐਂਟਰਟੇਨ ਕਰਦੇ ਆ, ਕਿਸੇ ਕਰਦੇ ਆ, ਤਾਂ ਇਹ ਬਿਲਕੁਲ ਸੱਚਾਈ ਹੈ। ਸਿੱਧੂ ਦਾ ਆਲਾ ਦੁਆਲਾ ਵੀ ਕੁਝ ਇਸੇ ਤਰ੍ਹਾਂ ਦੇ ਲੋਕਾਂ ਦਾ ਜਿਹੜੇ ਕਿ ਨਵਜੋਤ ਸਿੰਘ ਸਿੱਧੂ ਨੂੰ ਹਮੇਸ਼ਾ ਉਹਦਾ ਵਿਊ ਦਿਖਾ ਕੇ, ਉਹਦੇ ਸ਼ੇਅਰ ਦਿਖਾ ਕੇ, ਉਹਦੀ ਰੀਚ ਦਿਖਾ ਕੇ ਤੇ ਉਹਨੂੰ ਖੁਸ਼ ਕਰਦੇ ਰਹਿੰਦੇ ਆ। ਪਰ ਇੱਥੇ ਨਵਜੋਤ ਸਿੰਘ ਸਿੱਧੂ ਨੂੰ ਇਹ ਸਮਝਣਾ ਪਊਗਾ ਕਿ ਜਿੰਨਾ ਫੇਸਬੁੱਕ ਨੂੰ ਜਾਂ ਵਿਊਜ਼ ਨੂੰ ਆਮ ਆਦਮੀ ਪਾਰਟੀ ਨੇ ਸੈਲੀਬ੍ਰੇਟ ਕੀਤਾ, ਉਹਨਾਂ ਕਿਸੇ ਨੇ ਨਹੀਂ ਕੀਤਾ। ਪਰ ਨਤੀਜੇ ਤੁਸੀਂ ਵੇਖੋ,
ਫੇਸਬੁੱਕ ਦੇ ਵਿਊਜ਼ ਦੇ ਅਗੇਂਸਟ ਰਿਜ਼ਲਟ ਆਇਆ। ਉਸੇ ਤਰ੍ਹਾਂ ਨਵਜੋਤ ਸਿੰਘ ਸਿੱਧੂ ਨੂੰ ਵੀ ਇਕੱਲੇ ਵਿਊ ਦੇ ਮਗਰ ਨਹੀਂ ਜਾਣਾ ਚਾਹੀਦਾ। ਜੇਕਰ ਸਿੱਧੂ ਸੱਚਮੁੱਚ ਹੀ ਸੋਚ ਰਹੇ ਨੇ ਤਾਂ ਉਹਨਾਂ ਦੇ ਸਮੇਂ ਚ ਇਸ ਗੱਲ ਦਾ ਨੁਕਸਾਨ ਹੋਊਗਾ, ਕਿਉਂਕਿ ਵੇਖਣ ਵਾਲੇ ਤੇ ਸੁਣਨ ਵਾਲੇ ਜ਼ਿਆਦਾ ਹੁੰਦੇ ਆ ਬਾਜਵਾ ਸਾਹਿਬ, ਮਗਰ ਚੱਲਣ ਵਾਲੇ ਤੇ ਵੋਟ ਪਾਉਣ ਵਾਲੇ ਬਹੁਤ ਘੱਟ ਹੁੰਦੇ ਆ, ਔਰ ਵੇਖਣ ਵਾਲੇ 70% NRI ਹੈ ਜੀ, ਜਿਨ੍ਹਾਂ ਦੀ ਵੋਟ ਬੈਂਕ ਕਹਿ ਲਓ 150-200 ਵੋਟਾਂ ਸਾਰੀਆਂ ਫਿਜ਼ੀਕਲ। ਤਾਂ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜੇਕਰ ਇਹ ਭਰਮ ਹੈ ਤਾਂ ਉਹ ਨੁਕਸਾਨ ਕਾਮਯਾਬ ਦਾ। ਜੀ ਮੈਂ ਪਰਸਨਲੀ ਵੀ ਇਹ ਸੋਚਦਾ ਕਿ ਇਹ ਨਵਜੋਤ ਸਿੰਘ ਸਿੱਧੂ ਦੀ ਬਹੁਤ ਹੀ ਬਚਕਾਨਾ ਜਿਹੀ ਹਰਕਤ ਲੱਗੀ ਮੈਨੂੰ, ਕਿ ਕਰੋਨਾ ਵਾਇਰਸ ਔਰ ਇੰਨੇ ਹੋਰ ਮੁੱਦੇ ਨੇ ਕਿ ਆਪਣੇ ਚੈਨਲ 'ਤੇ ਪਹਿਲੀ ਵਾਰੀ ਇੰਨੀ 9 ਮਹੀਨੇ ਤੋਂ ਬਾਅਦ ਆ ਕੇ ਆਈ ਮਾਈ ਮੀ ਮਾਈ ਸੈਲਫ, ਹੋਰ ਤੋਂ ਇਲਾਵਾ ਕੁਛ ਨਹੀਂ। ਸੋ ਮੰਦਭਾਗਾ ਸੀ ਇੱਕ ਇਹੋ ਜਿਹੇ ਲੀਡਰ ਵੱਲੋਂ ਇੱਦਾਂ ਦਾ ਇੱਕ ਬਿਆਨ ਇੱਕ ਯੂਟਿਊਬ ਚੈਨਲ ਬਾਰੇ ਦੇਣਾ, ਔਰ ਉਹਨਾਂ ਨੂੰ ਪਤਾ ਹੋਏਗਾ ਕਿ ਉਹਨਾਂ ਨੇ ਤਾਂ ਕਪਿਲ ਸ਼ਰਮਾ ਸ਼ੋਅ 'ਚ ਵੀ ਪਾਰਟੀਸਪੇਟ ਕੀਤਾ ਆ, ਕਿ ਚਲੋ ਮੀਡੀਆ 'ਤੇ ਉਹਨਾਂ ਦੀ ਹਮੇਸ਼ਾ ਬੱਲੇ ਬੱਲੇ ਰਹੀ ਆ, ਲੇਕਿਨ ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਯੈਸ ਬੌਸ 'ਚ ਉਹਨਾਂ ਨੂੰ ਕਰਾਰੀ ਹਾਰ ਵੀ ਮਿਲੀ ਸੀ, ਉਹਨਾਂ ਨੂੰ ਕਿਸੇ ਨੇ ਘਾਹ ਨਹੀਂ ਸੀ ਪਾਇਆ। ਸੋ ਜਿਸ ਕਾ ਕਾਮ ਉਸੀ ਕੋ ਸਾਜੇ, ਮੀਡੀਆ 'ਤੇ ਉਹਨਾਂ ਨੇ ਰੋਸ ਜਤਾਇਆ ਕਿ ਉਹ ਤਰੋੜ ਮਰੋੜ ਕੇ ਗੱਲ ਜਿਹੜੀ ਕਹੀ ਹੈ ਮੀਡੀਆ 'ਤੇ ਨਿਸ਼ਾਨਾ ਮੰਨਿਆ ਉਹਨਾਂ ਨੇ। ਉਹਨਾਂ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਮੀਡੀਆ ਨੇ ਹੀ ਤਾਂ ਉਹਨਾਂ ਨੂੰ ਹੱਥਾਂ 'ਤੇ ਚੱਕਿਆ ਸੀ, ਤਾਂ ਉਹਦੇ ਬਾਰੇ ਕੋਈ ਕ੍ਰੈਡਿਟ ਨਹੀਂ, ਲੇਕਿਨ ਹਾਂ ਰੋਸ ਜ਼ਰੂਰ ਪ੍ਰਗਟ ਕਰ ਦਿੱਤਾ। ਸੋਡੀ ਸਾਹਿਬ ਬਾਜਵਾ ਸਾਹਿਬ ਇਹਦਾ ਨੁਕਸਾਨ ਹੋਊਗਾ। ਦੇਖੋ ਜਦੋਂ ਸ਼ਰੀਕ ਜਾਂਪੇ ਨਾ, ਮੈਂ ਤੈਨੂੰ ਸ਼ਰੀਕ ਹੀ ਕਹੂੰਗਾ, ਮੀਡੀਆ ਨੂੰ ਸ਼ਰੀਕ ਹੀ ਮੰਨੂਗਾ। ਕਰੈਕਟ, ਕਿਉਂਕਿ ਹਰ ਬੰਦੇ ਨੂੰ TRP ਚਾਹੀਦੀ ਹੈ, ਵਿਊਅਰਸ਼ਿਪ ਚਾਹੀਦੀ ਹੈ ਜੀ। ਤੇ ਹੁਣ ਸਿੱਧੂ ਸਾਹਿਬ ਕਹਿੰਦੇ ਮੈਂ ਪੱਤਰਕਾਰਾਂ 'ਚ ਆਉਣਾ ਨਹੀਂ, ਤੇ ਮੈਂ ਇੱਥੇ ਗੱਲ ਰੱਖੂਗਾ ਜੀ। ਇੱਥੇ ਗੱਲ ਰੱਖੋਗੇ ਤਾਂ ਜਦੋਂ ਅਸੀਂ ਤੁਹਾਨੂੰ ਚਲਾਵਾਂਗੇ, ਕਿਉਂਕਿ ਸਿੱਧੂ ਪਬਲਿਕ ਫਿਗਰ ਹੈ ਜੀ। ਸਿੱਧੂ ਨੂੰ ਸੈਲੀਬ੍ਰਿਟੀ ਨਹੀਂ ਸਮਝਣਾ ਚਾਹੀਦਾ ਆਪਣੇ ਆਪ ਜੀ, ਪਬਲਿਕ ਫਿਗਰ ਹੈ ਨਵਜੋਤ ਸਿੰਘ ਸਿੱਧੂ, ਲੀਡਰ ਹੈ, ਤਾਂ ਲੀਡਰ ਨੂੰ ਤਾਂ ਸਾਰਾ ਮੀਡੀਆ ਚਲਾਊਗਾ। ਹੁਣ ਜੇ ਤੁਸੀਂ ਇਹ ਲੜਾਈ ਪਾਓਗੇ ਮੇਰਾ ਲੋਗੋ ਵਰਤੋ ਜੀ, ਸਾਨੂੰ ਕਾਟਸੀ ਦਿਓ ਜੀ, ਤੁਸੀਂ ਯੂਟਿਊਬ ਤੇ ਨਹੀਂ ਪਾ ਸਕਦੇ, ਫਿਰ ਹੁਣ ਯੂਟਿਊਬ ਦਾ ਇੱਕ ਐਲਗੋਰਿਥਮ ਹੈ ਕਿ ਤੁਸੀਂ ਕਿਸੇ ਦੇ ਚੈਨਲ ਦੀ ਵੀਡੀਓ ਪਾਓਗੇ ਤਾਂ ਆਟੋਮੈਟਿਕ ਤੁਹਾਨੂੰ ਉਹਦਾ ਜਿਹੜਾ ਉਹ ਕਾਪੀਰਾਈਟ ਆ ਜਾਊਗਾ ਜੀ। ਹੁਣ ਯੂਟਿਊਬ ਤੇ ਪਾ ਨਹੀਂ ਸਕਦੇ, ਕੱਲ ਨੂੰ ਫਿਰ ਮੀਡੀਆ ਕਹੂਗਾ ਭਾਈ ਤੁਸੀਂ ਆਪਦੇ ਚੈਨਲ ਤੇ ਚਲਾ ਲਓ, ਅਸੀਂ ਤੁਹਾਨੂੰ ਚਲਾਉਂਦੇ ਨਹੀਂ, ਨਵਾਂ ਰੌਲਾ ਪੈ ਸਕਦਾ ਜੀ ਜੀ। ਉਹਨਾਂ ਨੂੰ ਹੁਣ ਇਹ ਵੀ ਦੇਖਣਾ ਚਾਹੀਦਾ ਕਿ ਕਪਿਲ ਸ਼ਰਮਾ ਸ਼ੋਅ ਤੋਂ ਉਹਨਾਂ ਨੂੰ ਅਮਿਤ ਸ਼ਾਹ ਜੀ ਨੇ ਪਿੱਛੋਂ ਸਿਆਸਤ ਨੇ ਹਟਾਤਾ, ਤੇ ਉਹਨਾਂ ਨੂੰ ਕਪਿਲ ਸ਼ਰਮਾ ਸ਼ੋਅ ਵੀ ਆਪਣਾ ਹੀ ਖੋਲ ਲੈਣਾ ਚਾਹੀਦਾ, ਇੱਕ ਕਾਮੇਡੀ ਸ਼ੋਅ। ਇਹ ਮੇਰਾ ਸੁਝਾਅ ਦਿਓ ਸਿੱਧੂ ਨੂੰ ਜੀ। ਬਿਲਕੁਲ ਜੀ ਬਿਲਕੁਲ, ਧੰਨਵਾਦ ਸੋਡੀ ਸਾਹਿਬ ਤੁਹਾਡੇ ਟਾਈਮ ਲਈ ਔਰ ਤੁਸੀਂ ਸਮਾਂ ਕੱਢਿਆ। ਸਾਨੂੰ ਇੱਕ ਥੋੜ੍ਹਾ ਜਿਹਾ ਇਹ ਵੀ ਹੈ ਕਿ ਕਰੋਨਾ ਵਾਇਰਸ ਕਰਕੇ ਤੁਹਾਡਾ ਜਿਹੜਾ ਇੱਥੇ ਦਾ ਨਿਊਜ਼ੀਲੈਂਡ ਦਾ ਜਿਹੜਾ ਪ੍ਰੋਗਰਾਮ ਸੀ ਉਹ ਕੈਂਸਲ ਹੋ ਗਿਆ, ਲੇਕਿਨ ਜਲਦ ਹੀ ਕੋਈ ਨਾ ਕੋਈ ਜਦੋਂ ਨਵੀਂ ਡੇਟ ਆਉਂਦੀ ਹੈ ਤਾਂ ਅਸੀਂ ਵੀ ਆਰ ਲੁਕਿੰਗ ਫਾਰਵਰਡ ਟੂ ਹੈਵ ਯੂ ਹੇਅਰ ਜੀ। ਤੁਹਾਨੂੰ ਇਨਫੋਰਮੇਸ਼ਨ ਮਿਲੀ ਬਾਜਵਾ ਸਾਹਿਬ ਕਿ ਸਤੰਬਰ ਦੇ ਵਿੱਚ ਪ੍ਰੋਗਰਾਮ ਜਿਹੜਾ ਪੋਸਟਪੋਨ ਹੋ ਰਿਹਾ, ਤਰੀਕ ਹਜੇ ਮੁਕਰਰ ਨਹੀਂ ਕੀਤੀ ਗਈ ਹੈ ਜੀ, ਪਰ ਤਮਾਮ ਵੀਜ਼ੇ ਜਿਹੜੇ ਨੇ ਉਹ ਦਸੰਬਰ ਤੱਕ ਐਕਸਟੈਂਡ ਕੀਤੇ ਜਾਣਗੇ। ਉੱਥੋਂ ਦੇ ਲੋਕਲ ਪ੍ਰਸ਼ਾਸਨ ਨੇ ਜਿਹੜਾ ਦਲਜੀਤ ਭਾਜੀ ਉਹਨਾਂ ਨੂੰ ਭਰੋਸਾ ਦਵਾਇਆ, ਔਰ ਤਮਾਮ ਜਿਹੜੀਆਂ ਟਿਕਟ ਪੀਰਾਂ ਨੇ ਬੁੱਕ ਕਰਵਾਈਆਂ ਸੀ, ਏਅਰਲਾਈਨ ਨੇ ਕਹਿ ਦਿੱਤਾ ਕਿ ਅਸੀਂ ਰਿਫੰਡ ਨਹੀਂ ਕਰਾਂਗੇ, ਪਰ ਦਸੰਬਰ ਤੱਕ ਅਸੀਂ ਉਸਨੂੰ ਐਕਸਟੈਂਡ ਕਰ ਲਵਾਂਗੇ, ਕਿਉਂਕਿ ਬਹੁਤ ਵੱਡਾ ਬਜਟ ਜਿਹੜਾ ਉਹਨਾਂ ਨੇ ਇਨਵੈਸਟ ਕੀਤਾ ਸੀ ਇਸ ਪ੍ਰੋਗਰਾਮ ਤੇ। ਇਸ ਤੋਂ ਇਲਾਵਾ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਵੀ ਰੱਦ ਹੋ ਗਈਆਂ ਬਾਜਵਾ ਸਾਹਿਬ, ਮੇਰੇ 3 ਟੂਰ ਰੱਦ ਹੋਏ ਆ, ਇੱਕ ਨਿਊਜ਼ੀਲੈਂਡ ਦਾ, ਇੱਕ ਆਸਟ੍ਰੇਲੀਆ ਦਾ, ਤੇ ਇੱਕ ਅਸੀਂ ਨੈਸ਼ਨਲ ਐਸੋਸੀਏਸ਼ਨ ਆਫ ਬ੍ਰੌਡਕਾਸਟਿੰਗ ਦੀ ਐਗਜ਼ੀਬਿਸ਼ਨ ਤੇ ਅਮਰੀਕਾ ਜਾਣਾ ਸੀ, ਤਾਂ ਅਮਰੀਕਾ ਦਾ ਵੀ ਦੌਰਾ ਰੱਦ ਹੋ ਗਿਆ। ਜਿਸ ਦਿਨ ਮੇਰਾ ਮੈਸੇਜ ਇੰਟਰਵਿਊ ਸੀ ਤਾਂ ਉਸੇ ਦਿਨ ਹੀ ਉਹ ਪ੍ਰੋਗਰਾਮ ਰੱਦ ਹੋ ਗਿਆ, ਤੇ ਮੈਂ ਵੈਸੀ ਜਿਸ ਪ੍ਰੋਗਰਾਮ ਦੇ ਲਈ ਵੀਜ਼ਾ ਲੈਣ ਜਾ ਰਿਹਾ ਉਹ ਪ੍ਰੋਗਰਾਮ ਰੱਦ ਹੋ ਗਿਆ, ਪਰ ਫਿਰ ਵੀ ਥੈਂਕਸ ਟੂ ਅਮਰੀਕਨ ਅੰਬੈਸੀ ਕਿ ਜਿਨ੍ਹਾਂ ਨੇ ਇਹਦੇ ਬਾਵਜੂਦ ਸਾਨੂੰ ਜਿਹੜਾ ਉਹ ਵੀਜ਼ਾ ਜਾਰੀ ਕਰ ਦਿੱਤਾ ਜੀ। ਜੀ ਧੰਨਵਾਦ ਤੁਹਾਡਾ ਔਰ ਧੰਨਵਾਦ ਨਿਊਜ਼ੀਲੈਂਡ ਦੀ ਜਿਹੜੀ ਸੰਸਥਾ ਹੈ ਸੁਪਰੀਮ ਸਿੱਖ ਸੁਸਾਇਟੀ, ਉਹਨਾਂ ਦਾ ਵੀ ਕਿ ਇਹ ਬੜੇ ਸੰਜੀਦਾ ਤਰੀਕੇ ਨਾਲ ਉਹਨਾਂ ਨੇ ਫੈਸਲਾ ਲਿਆ, ਬੜਾ ਸ਼ਲਾਘਾ ਕਰਨੀ ਚਾਹੀਦੀ ਉਹਨਾਂ ਦੇ ਫੈਸਲੇ ਦੀ। ਹਾਲਾਂਕਿ ਇਸ ਗੱਲ 'ਚ ਕਾਫੀ ਨਿਰਾਸ਼ਾ ਵੀ ਹੋਈ ਹੈ, ਕਾਫੀ ਤਿਆਰੀ ਕੀਤੀ ਹੋਈ ਸੀ, ਕਾਫੀ ਨੁਕਸਾਨ ਵੀ ਹੋਇਆ ਹੋਏਗਾ, ਲੇਕਿਨ ਮੈਂ ਕਹਿੰਦਾ ਕਿ ਉਹ ਸੰਸਥਾ ਤੇ ਔਰ ਸਾਰੇ ਮੋਢੀਆਂ ਨੇ ਸਾਰੇ ਵਾਲੰਟੀਅਰਸ ਦਾ ਔਰ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਜਿਹੜਾ ਫੈਸਲਾ ਲਿਆ ਬੜਾ ਚੰਗਾ ਫੈਸਲਾ ਲਿਆ, ਔਰ
ਇਦਾਂ ਹੀ ਆਸਟ੍ਰੇਲੀਅਨ ਸਿੱਖ ਗੇਮਸ ਜਿਹੜੀਆਂ ਉਹਨਾਂ ਨੇ ਇਹ ਮੁਲਤਵੀ ਕੀਤਾ ਹੈ ਪ੍ਰੋਗਰਾਮ ਆਪਣਾ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਹੀ ਆਪਣੇ ਆਲੇ ਦੁਆਲੇ ਇਹ ਕਹੀਏ, ਮੈਸੇਜ ਫੈਲਾਈਏ ਕਿ ਜਦੋਂ ਵੀ ਇਹ ਪ੍ਰੋਗਰਾਮ ਹੋਣਗੇ ਦੁਬਾਰਾ ਉਹ 'ਚ ਵੱਧ ਚੜ੍ਹ ਕੇ ਹਿੱਸਾ ਲਓ ਅਤੇ ਇਹਨਾਂ ਨੂੰ ਸਪੋਰਟ ਕਰੋ। ਧੰਨਵਾਦ ਬਹੁਤ ਸੋਡੀ ਬਹੁਤ ਸਾਹਿਬ। ਧੰਨਵਾਦ ਸਾਹਿਬ, ਧੰਨਵਾਦ।